ਬਸ ਇਸ ਕਰਿਆ ਜੀ ਕਨਵੈਨਸ਼ਨ ਦੇ ਪਿੱਛੇ ਆਇਆ ਵਾ ਕਾਫੀ ਵਕਤ ਹੀ ਹੋਇਆ ਸਾਈਂ ਬਾਬਾ ਤਦਾ ਵੀ ਕੋਈ 12 ਸਾਲ ਤੇ ਤਦਾ ਮਿਸ਼ਨ ਜ਼ਈਫ ਹੋਇਆ ਭਾਈ ਕੀ ਮਨ ਅਡੋ ਦੁੱਖ ਪਿਆ ਲਈ ਸਕਣ ਵੇਹੀ ਬੜੀ ਖੇ ਪਾ ਸਕਣ ਮੈਂ ਵੀ ਕਰੇ ਸਾਈਂ ਖਿਤਾਬ ਨਾ ਕਰੇ ਸਕਿਆ ਤਾਂ ਸਾਈਂ ਉਹ ਵੇਹੀ ਕਰੇ ਜਦੋਂ ਖਿਤਾਬ ਕਰੇ ਉਹ ਉਹਨਾਂ ਹੀ ਮੈਂ ਸਾਈਂ ਇਹ ਗੱਲ ਕੀਤੀ ਹੈ ਸਾਈਂ ਜੁਮਲੋ ਜੁਮਲੋ ਚਾਹੇ ਉਹ ਇੱਕਰੋ ਤਾਂ ਉਹ ਦੀਨ ਦੀਨ ਨਾਹੀ ਜਿਵੇਂ ਸਿਆਸਤ ਨਾ ਹੋ ਜਾਏ ਤਾਂ ਦੋਸਤ ਕਿਨ ਪੜ੍ਹਿਆ ਲਿਖ ਲਾਇਓ ਸਮਝੋ ਨਾ ਸਿਆਸਤ ਮੈਂ ਮੁਰਾਦ ਹੀ ਪਾਕਿਸਤਾਨੀ ਠੱਗੀ ਵਾਲੀ ਸਿਆਸਤ ਨਾ ਹੈ ਸਿਆਸਤ ਮੈਂ ਮੁਰਾਦ ਹਕੂਮਤ ਆ ਨਿਜ਼ਾਮ ਹਕੂਮਤ ਆ ਚਾਹੁੰਦਾ ਇਮਾਮ ਜ਼ਮਾਨ ਅਲੈਹ ਸਲਾਤੁ ਵਸਲਾਮ ਵਕਤ ਜੋ ਹੁਕਮਰਾਨ ਆ ਜਾਂ ਸਿਆਸਤ ਅਲੀ ਅਲੈਹ ਸਲਾਤੁ ਵਸਲਾਮ ਹੁਕਮਰਾਨ ਹੋਇਓ ਜਾਨਸ਼ੀਨ ਰਸੂਲ ਹੋ ਰਸੂਲ ਅਕਰਮ ਸੱਲੱਲਾਹੁ ਅਲੈਹ ਵਲੀ ਵਸਲਮ ਪਾਣ ਹੁਕਮਰਾਨ ਹੋਇਓ ਮਨਾ ਅਸਾਂ ਵਟੀ ਆਏ ਤ ਹਕੂਮਤ ਦੁਨੀਆ ਜਾ ਬਿਆ ਸਿਆਸਤਦਾਨ ਹਲਾਈਂਦਾ ਮੌਲਾ ਸਿਰਫ ਦੀਨ ਬੁਧਾਈਂਦੇ ਨਾ ਅਸਾਂ ਵਟ ਮਸਜਿਦ ਨਬਵੀ ਘਰ ਜੇ ਮਸਲਨ ਜੋ ਹਲ ਹੁੰਦੀ ਹੈ ਅਸਾਂਗੇ ਰਸੂਲ ਅਕਰਮ ਸੱਲੱਲਾਹੁ ਅਲੈਹ ਵਲੀ ਵਸਲਮ ਦੀ ਅੱਲਾਹੁਮਾ ਸੱਲੇ ਅਲਾ ਮੁਹੰਮਦ ਵ ਆਲੇ ਮੁਹੰਮਦ ਜੇ ਗਰੀਬ ਇਨਸਾਨ ਹੋਇਆ ਜਿਨ ਕੇ ਰਹਿਣ ਲਾਇਕ ਜਾਨ ਨਹੀਂ ਕੋਈ ਕਿਹੜੋ ਚਬੂਤਰੇ ਨੂੰ ਉਠਾਇਆ ਸੀ ਮਸਜਿਦ ਨਬਵੀ ਉਹਨੇ ਸੁਫਾ ਜਾ ਉਤਰ ਰਹਿਣ ਲਗਾ ਉਹ ਸਦਵਾ ਉਹ ਅਸਹਾਬ ਸੁਫਾ ਸ਼ਖਸ ਜੋ ਕਾਰੇ ਨਾ ਹੋ ਹਾਣੇ ਇਤੇ ਮੁਕੇ ਬਿਓ ਆ ਕੇ ਬਿਆਦ ਪਿਓ ਚੇ ਬਲ ਪੇ ਨਹੀਂ ਸੁਦਾ ਕਾਰੇ ਨਾ ਸ਼ਖਸ ਜੇ ਰਸੂਲ ਕਰਨ ਤੇ ਉਸ ਸ਼ਾਦੀ ਕਰਨੇ ਰਸੂਲ ਸ਼ਾਦੀ ਕਰਨ ਉਸ ਪਰ ਮੋਰ ਤੇ ਕੁਝ ਨਾ ਆਏ ਮੈਂ ਗਰੀਬ ਆਇਆ ਕਾਰੇ ਰੰਗ ਜੋ ਆਇਆ ਮੁਸਕੀਰ ਸ਼ਾਦੀ ਕਰ ਦੋ ਕਾਨ ਫਰਮਾਇਆ ਇਸਲਾਮ ਇਹ ਫਰਕ ਖਤਮ ਕਰਨ ਆਇਆ ਵਾ ਜਿਵੇਂ ਕੋ ਫਜ਼ੀਲਤ ਪੈਸੇ ਜੇ ਬੁਨਿਆਦ ਤੇ ਆ ਰੰਗ ਜੇ ਬੁਨਿਆਦ ਤੇ ਇਸਲਾਮ ਇਹ ਫਰਕ ਖਤਮ ਕਰਨ ਆਇਆ ਉਹਨਾਂ ਚ ਠੀਕ ਆ ਸੀ ਮੈਂ ਸ਼ਾਦੀ ਕਰ ਦੋ ਜਦੋਂ ਫਿਲਾਣੇ ਅਨਸਾਰੀ ਨੇ ਅਨਸਾਰੀ ਵਾ ਪੈਸੇ ਫਿਲਾਣੇ ਅਨਸਾਰੀ ਦੇ ਵੰਜ ਉਹਨਾਂ ਕੇ ਵੰਜ ਚਾਹੋ ਤਾਂ ਤੁਹਾਨੂੰ ਜਿਹੜੀ ਜੀ ਪਾਣ ਸ਼ਾਦੀ ਕਰ ਪਾਣੀ ਦੀ ਜੀ ਤੋਂ ਸ਼ਾਦੀ ਕਰ ਠੀਕ ਆ ਆਇਓ ਅਨਸਾਰੀ ਪੈਸੇ ਵਾਰੋ ਮਨ ਵਧੇ ਰਜੀ ਹੋ ਜੀ ਅਸਾਂ ਸਮਾਜ ਵਡੋ ਮਾਣੂ ਮਾਣੂ ਜਾਮ ਗੱਦ ਬੈਠਾ ਹੋ ਜਿਸ ਇਹ ਉੱਤੇ ਆਇਓ ਮਾਣੂ ਬੈਠਾ ਮੜੀ ਪਾਣ ਸੁਣ ਮਾਣੇ ਨੇ ਕਿ ਚਮਾ ਦੀ ਤਾਂ ਮੁਰਗ ਦੜਕਾ ਨਹੀਂ ਦੋ ਮੁਕੇ ਠੀਕ ਹੈ ਜੀ ਐਸੇ ਆਣੇ ਕੋ ਤਾਂ ਜੇ ਨਿਆਪੂ ਆ ਰਸੂਲ ਅਕਰਮ ਜੋ ਥੋੜੋ ਜ਼ਾਤੀ ਨੂੰ ਯਾਦ ਜੋ ਆ ਥੋੜੋ ਜੋ ਤੁਮ ਅਕੇਲਾ ਹੀ ਮੈਂ ਕਿਹਾ ਚੋ ਕੀਤੇ ਬੁਦਾ ਜਿੰਨਾ ਰਸੂਲ ਅਕਰਮ ਦਾ ਪੁੱਤੇ ਬੁਦਾ ਜਿਸੇ ਰਸੂਲ ਅਕਰਮ ਫਰਮਾਇਆ ਵਾ ਤਾਂ ਆਪਾਂ ਜੀ ਦੀ ਸ਼ਾਦੀ ਮੁਸਾ ਕਰਾਇਆ ਕਾਵੜ ਅੱਛੀ ਵਿੱਚ ਨਾ ਬਸ ਮਾਰ ਸੂਰ ਕਹਾਂ ਪਾਣੀ ਗਾਲੇ ਨੂੰ ਮੋਟੀ ਹੋਈ ਅਸਾਂ ਸ਼ਾਦੀ ਧਾਰਨ ਮੈਂ ਨਹੀਂ ਕਰਾਂਗਾ ਨਹੀਂ ਹੈ ਜੀ ਹੀ ਹਾਣੇ ਮੋਟਿਓ ਹਾਣੇ ਉਹ ਮਾਨੇ ਜੀ ਘਰ ਬੈਰਾੜੀ ਮੇ ਡਿਟਾ ਲੋੜਾ ਹੁੰਦਾ ਹੈ ਨਹੀਂ ਹੁੰਦਾ ਹੈ ਉਹਨਾਂ ਦੇ ਭਰਸਾ ਲੰਗਿਓ ਪਏ ਉਹਨਾਂ ਦੀ ਨਿਆਣੀ ਵਾ ਸਾਗੀ ਛੋਕਰੀ ਉੱਤੇ ਬੁੱਧੇ ਬੀਠੀ ਅਸੀਂ ਚਾਹੁੰਦੋ ਪਿਓ ਵੰਜੇ ਚਿੱਕੂ ਦੀਨ ਰਸੂਲ ਅਕਰਮ ਬੁਧਾਇਓ ਉਹ ਤਾਂ ਕੋਨੇ ਕੋ ਰਸੂਲ ਅਕਰਮ ਜੋ ਦੀਨ ਬੁਧਾਇਓ ਉਹਨਾਂ ਮੈਂ ਤੀ ਉਹ ਤਾਂ ਫਰਕ ਹੀ ਨਾ ਹੈ ਇਨਸਾਨ ਜੋ ਉਹ ਨੰਡੇ ਵਰੇ ਜੋ ਕੋ ਫਰਕ ਨਾ ਹੈ ਰੰਗ ਜੋ ਜ਼ਾਤ ਜੋ ਪੈਸੇ ਜੋ ਕੋ ਫਰਕ ਨਾ ਹੈ ਪਰ ਹਿੱਤੇ ਤਾਂ ਗੱਲ ਵੀ ਆ ਉਹ ਉਹਨਾਂ ਦੀ ਨਿਆਣੀ ਸਾਗੀ ਬੀਠੀ ਉਹ ਬੁਧੇ ਪਈ ਉਹਨੇ ਇੱਕਦਮ ਪੰਜੇ ਪੀ ਕੇ ਵੰਜੀ ਚਾਹੇ ਇਹਨਾਂ ਪੋਇ ਮੋਕਲਿਓ ਬਾਬਾ ਇਹਨਾਂ ਕੇ ਮੋਟ ਹੈ ਇਹਨਾਂ ਕੇ ਵਾਪਸ ਨਾ ਮੋਕਲ ਇਹਨਾਂ ਕੇ ਵਿਹਾਰ ਪਾਣ ਵੰਜੀ ਰਸੂਲ ਅਕਰਮ ਸਾਹਿਬ ਮਿਲ ਇਹਨਾਂ ਕੇ ਨਾ ਕਰੇ ਮੋਟਾਈ ਤੋਂ ਨਾ ਤਾਂ ਰਸੂਲ ਅਕਰਮ ਕੇ ਵੰਜੀ ਚਾਹੋ ਅਸਾਂ ਧਾਰਨ ਮੇ ਸ਼ਾਦੀ ਨਾ ਹੀ ਕਹਿੰਦਾ ਇਹ ਨਾ ਕਰ ਪਾਣ ਵੰਜੀ ਪੈਗੰਬਰ ਸਾਹਿਬ ਮਿਲ ਉਹਨਾਂ ਕੇ ਪਾਣ ਵੰਜੀ ਕਚਹਿਰੀ ਕਰ ਪੁੱਛ ਇਹਨਾਂ ਕੇ ਵਿਹਾਰ ਤੇ ਇਹਨਾਂ ਕੇ ਜਵਾਬ ਦੇ ਨਾ ਮੋਟਾ ਉਹਨੇ ਜੋ ਠੀਕ ਆ ਉਹਨਾਂ ਕੇ ਵਿਹਾਰ ਹੈ ਪਾਣ ਵਿੱਚ ਪਾਣ ਆਇਓ ਤਾਂ ਰਸੂਲ ਅਕਰਮ ਸਗਲ ਹੈ ਯਾ ਰਸੂਲ ਅੱਲਾ ਹੀ ਹਾਣੇ ਸਫ਼ਾ ਗਰੀਬਾ ਛੋਕਰੋ ਐਂ ਅਸਾਂ ਤਾਂ ਚਾਹੇ ਬਾਬਾ ਇਸਲਾਮ ਜੋ ਫਰਕ ਖਤਮ ਕਰਨ ਆਇਓ ਆ ਇਸਲਾਮ ਮੈਂ ਤਾਂ ਫਜ਼ੀਲਤ ਜੋ ਫਰਕ ਸਿਰਫ ਤਕਵਾ ਹੈ ਨਾ ਕਰਮ ਕੁਮਿੰਦ ਅੱਲਾ ਹੈ ਤਕਾ ਕੋ ਭਲੋ ਹੁਆ ਜੇ ਜੋ ਕਿਰਦਾਰ ਭਲੋ ਆ ਇਹਨਾਂ ਜਿਦ ਕਾਫ ਉਹਨਾਂ ਜੋ ਫਰਕ ਨਾ ਆਇਆ ਜੀ ਗੈਸ ਕੀ ਨਾ ਮੈਂ ਕਹਿੰਦਾ ਤੂੰ ਸ਼ਾਦੀ ਕਰਾਏ ਉਹਨਾਂ ਕੇ ਮੁਤਮੈਨ ਕਿਹਾ ਰਸੂਲ ਅਕਰਮ ਮੁਤਮੈਨ ਕਿਹਾ ਬਦੀਨ ਵੇਸ਼ਨ ਹੈ ਉਹ ਰਾਜ਼ੀ ਕੀ ਹੋ ਆਈ ਸ਼ਾਦੀ ਥੀ ਮੈਂ ਤਾਂ ਬੋਲਦਾ ਤਾਂ ਮਸਜਿਦ ਜੋ ਕਿ ਨੂੰ ਵੱਡੋ ਕਿਰਦਾਰ ਆ ਦੀਨ ਵਿੱਚ ਕਿ ਅਸਾਂ ਸਿਰਫ ਮਸਜਿਦ ਨਮਾਜ਼ ਤੇ ਮਹਦੂਦ ਕਰੇ ਚੜਿਓ ਆ ਕਚਹਿਰੀ ਕਰਨਾ ਹੂੰ ਕਾਬੀਦ ਮਾਨਾ ਬਹਿਸ ਸਿੰਘ ਅਲੀ ਕਚਹਿਰੀ ਕਹਿੰਦਾ ਕਹਿਓ ਤਾਂ ਮਸਜਿਦ ਕਿਹੜੀ ਕਿਹੜੋ ਜੋ ਕਿਰਦਾਰ ਆ ਹਣ ਚਾਹਤੇ ਹੋ ਸ਼ਾਦੀ ਥੀ ਬਈ ਹਮਰਾ ਦੀ ਸ਼ਾਦੀ ਥੀ ਵਿੱਚ ਕਰੀ ਸਾਂ ਟ੍ਰੇਰੀ ਗੁਜਰੀ ਆਈ ਮੈਂ ਜੀ ਵਿਜੇ ਨਹੀਂ ਟ੍ਰਿੰਡੀਅਨ ਕਾ ਕੋ ਸੋਰੋ ਰਸੂਲ ਅਕਰਮ ਨੇ ਯਾ ਰਸੂਲ ਅੱਲਾ ਕਿਹੜਾ ਸ਼ਾਦੀ ਕਰਾਈ ਦਾ ਹੀ ਤਾਂ ਲੱਗੇ ਤੋ ਮਾਨਾ ਬਿਮਾਰ ਹੈ ਉਹ ਜਿਸਮਾਨੀ ਤੌਰ ਮਸਜਿਦ ਮੈਂ ਥੀ ਫੈਸਲੋ ਮਸਜਿਦ ਮੈਂ ਰਸੂਲ ਅਕਰਮ ਗੁਰਾਇਓ ਹੁਣ ਕੇ ਬਾਬਾ ਚਾਹ ਮਸਲਾ ਯਾ ਰਸੂਲ ਕੋ ਮਸਲਾ ਨਾ ਹੈ ਗੱਲ ਸਿਰਫ ਇਹ ਆਇਆ ਤਾਂ ਮੁਝੇ ਬਸ ਬਸ ਰਹੀ ਸ਼ਾਦੀ ਇਤਨੀ ਤਾਂ ਮੈਂ ਟਰੇਗਾ ਕਿ ਇਬਾਦਤ ਕਰ ਦੋ ਬਸ ਹੀ ਨਾ ਕਰੇ ਇਹ ਗੱਲ ਮਸਜਿਦ ਮੈਂ ਥੀ ਮਸਜਿਦ ਮਾਨਾ ਅਸਾਂ ਜੇ ਘਰ ਜਾ ਸਭ ਮਸਲਾ ਬਲਤੀ ਕਰਾ ਉਹਨਾਂ ਦੇ ਬਾਰੇ ਮੈਂ ਬਤਾ ਤਾਂ ਹੀ ਦੀਨ ਹੈ ਜੋ ਹਰ ਸ਼ੋਬੇ ਮੈਂ ਅਸਾਂ ਕਿਉਂ ਇੱਕੜੋ ਆਲਮੀ ਵਾ ਦੀਨ ਸਾਂ ਚਾਹ ਸਮਝੋ ਵੀ ਦੋ ਆਮ ਤੌਰ ਤੇ ਸਮਝੋ ਇਹ ਵੀ ਦੋ ਆਦ ਬਾਬਾ ਮਿਸਾਲ ਦੇ ਤੌਰ ਤੇ ਇੱਕੜੋ ਆਬਿਦ ਹੋ ਜੇ ਇੱਕੜੋ ਸਾਂ ਮੇਰਾ ਮੌਲਾ ਅਲੀ ਦੇ ਬਹਿਸ ਕਰਨਾ ਵਾ ਅਕਸਰ ਤਾਂ ਕੋਈ ਨਹੀਂ ਗੱਲ ਅਕਸਰ ਬੁਧਾਈਂਦਾ ਹਾਂ ਇਹ ਸਭ ਨਹੀਂ ਮਹਿਸੂਮ ਇੰਜੀ ਆ ਇੱਕੜੋ ਹੀ ਮਾਣੂ ਇੱਕੜੇ ਵਕਤ ਤੇ ਚਾਹ ਹੁੰਦਾ ਵਾ ਉਹ ਜੇ ਕਿਤੇ ਹੁੰਦਾ ਵਾ ਨਾ ਬਹਾਦਰ ਹੁੰਦਾ ਵਾ ਤੇ ਨਰਮ ਦਿਲ ਨਾ ਹੁੰਦਾ ਵਾ ਬਹਾਦਰ ਹੁੰਦਾ ਜਿਹੜੋ ਕਰਨ ਜਾਣੇ ਧੱਕ ਕਰਨ ਜਾਣੇ ਰਹਿਮ ਦਿਲੀ ਨਰਮ ਦਿਲੀ ਘੱਟ ਹੁੰਦੀ ਆ ਅਲੀ ਅਲੈਹ ਸਲਾਤੁ ਵਸਲਾਮ ਮੇਰੇ ਬਹਾਦਰ ਆ ਉਹਨਾਂ ਦੇ ਕਿ ਬੀ ਨਾ ਸਕੰਦ ਹੋ ਕਿ ਨਬੀ ਸਕੰਦ ਹੋ ਪਰ ਨਰਮ ਦਿਲ ਇਤਰੋ ਵਾ ਜੋ ਖੈਬਰ ਮਾ ਵਾਪਸੀ ਦੇ ਰਵਾਇਤ ਮਿਲੇ ਤੋ ਮੌਲਾ ਸਜੋ ਮਾਲੇ ਗਨੀ
अतो यतीमन जे बारे में विहारे छे विहारे छे यतीम जे अख में गोड़ो मौला अली बर्दाश्त न करे एक पासे बहादुरा बे पासे नरम दिल दे दो वरी ओई अली केड़ो आबिदरात न रात इबादत तो करे वो जानो एक मानु नरम हुंदो आ तो वो मुजाहिद न थिंदो आ मुजाहिद हुंदो आ नरम न थिंदो आ वरी नरम थिंदो वरी आलम न थिंदो आ वरी अली आलम कला कंजा कला खुतबा तो दे ऐ वो इतनी मौला जी अजीब सी बता खुतबा हमाम ये कोने को त मानू कोन के यार या केड़ी मजलिस आ थिंदो आ न साड यार मानू ने मानू न आया जे न बैठा छाओ अकेलो हमाम मौला अली के तो चवे मौला मुत्तकिन जो सिफत बुधायो नाजिल बलाग आ जो कलाकन जो खुतबो आ जो को हिकड़े हमाम के हिकड़ो बुधंदड़ा हिकड़ो पढ़ंदड़ पढ़ंदड़ अली अली मौला अली का जो को खतीब आए दुनिया में पढ़ंदड़ अली या बुधंदड़ हिकड़ो हमाम आ पर तो कलाकन जा कलाक दा इसी तो अली नथा बुधण चाहे ना चुप अली नथा बुधण चाहे छा बुधाए पर बुधण वारो हिकड़ो आ मौला अली रसूलुल्लाह सलाम कलाकन जा कलाक जी इसी आलम आई वरी खुद मौला जे के खुतबा हन ता इन जे जे इल्म जी ने गहराई ते सोची दो त अन्या शदीद यानी हैरत में भी जंदर गाला नहजुल बलागा जो किताब है ना नहजुल बलागा सजो नथो मौला जा खुतबा यो एक आलम हो मुखालिफ अहले सुन्नत जो एतराज कयो हो मौला अली ते अली वट फसाहती बलागत आहे ही कोन अली भलो लफ्ज अड़ा जो मोती दराणा मानू के मुतासिर कर मानू के छिकिन पान दे अली वट एडी गुफ्तगु कोन हुई सैयद रज़ी इन सवाल जे जवाब में इन एतराज जे जवाब में सिर्फ उए शयूं गद कयूं जिन में लफ्ज निहायत ई माना सोहणा छिकींदड़ हुआ बस जो जो न कर कयाई सिर्फ उए गद कयाई ऐ खबर तो घणे वक्त में कर कयाई 29 साल सैयद रज़ी जो नहजुल बलागा है जतों ने नहजुल बलागा पढ़ंदो त ॾिसंदो लिखियल आहे ही हिन खुतबे जो ही हिसो आहे मुकमल खुतबा न अथव मुकमल उनमें टे शयूं आहिनि पर इहे बि माना चूंड आहे हिकिड़ो खुतबा अथसि जो ख़त अथसि टियों अथसि नंढड़ा नंढड़ा फरमान कलमात नसीहत वारा फरमान टे शयूं पर चूंड आहे पर उहा चूंड बि हुन छा ते कई आहे सिर्फ़ हिन ते कई ऐं तव्हांखे ख़बर आहे त इहो इहे खुतबा कॾहिं जा अथसि ख़त कॾहिं जा अथसि दौरे ख़िलाफ़त जा दौरे ख़िलाफ़त दौरे हुकूमत जेका ज़ाहिरी दौरे ख़िलाफ़त मौला जो घणो वक़्तु रहियो आहे साढा चारि साल कीअं रहिया जीअं ई मौला वेठा जंग जमल जंगे जमल खत्म थी जंगे सिफीन जंगे सिफीन खत्म थी जंगे नहरवान जंगे नहरवान खत्म थी गुजार सघां मौला इशा अलग थी यको जंगिन में गुजारिया मौला सिफीन त अरिड़हं महीना हली आहे पर उन विच में ॾिसो केॾा ज़बरदस्त ख़ुतबा मौला जा यानी हिकु शख़्स जेको हर पासां असांखे बाक़ दीन इहो थो बणाइणु चाहे दीन इहो नथो बणाइणु चाहे त निमाज़ी आहियो हाणे तव्हांजी पढ़ाई अलाए करे वई हली तव्हां सुठा इंजीनियर थियो वरी तव्हांजो दीन अलाए करे हलियो वञे न तव्हां डॉक्टर थियो इंजीनियर थियो दर्ज़ी थियो हजम थियो मिस्त्री थियो मज़ूर थियो राज़ा थियो जंहिं शोबे में महारत हासिलु कयो हुनरी माहिर थियो हुन सां गॾोगॾु तव्हां थींदो